ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਆਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਪਹਿਲੀ ਵੱਡੀ ਖਬਰ ਹੈ ਕਾਂਗਰਸ ਦਾ ਵੱਡਾ ਚੋਣ ਵਾਦਾ ਮੋਦੀ ਸਰਕਾਰ ਦੇ ਕਾਨੂੰਨ ਰੱਦ ਕਰਾਂਗੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਦੇ ਲਈ ਧੜਾ ਧੜ ਬਾਦੇ ਕਰ ਰਹੀਆਂ ਨੇ ਕਾਂਗਰਸ ਨੇ ਇਸ ਵੇਲੇ ਵੱਡਾ ਸਿਆਸੀ ਦਾਅ ਖੇੜਦਿਆਂ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਬਿੱਲ ਨੂੰ ਖਾਰਜ ਕਰਨ ਦੇ ਲਈ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਖੇਤੀ ਕਾਨੂੰਨਾਂ ਤੇ ਨਾਗਰਿਕਤਾ ਕਾਨੂੰਨਾਂ ਨੂੰ ਅੜੀਲ ਬਤੀਰਾ ਰੱਖਣ ਕਰਕੇ ਭਾਜਪਾ ਖਿਲਾਫ ਲੋਕਾਂ ਦੇ ਵਿੱਚ ਰੋਸ ਹੈ ਜਿਸ ਦਾ ਲਾਭ ਕਾਂਗਰਸ ਲੈਣਾ ਚਾਹੁੰਦੀ ਹੈ ਅਗਲੀ ਖਬਰ ਹੈ ਪੈਟਰੋਲ ਦੇ ਭਾਅ ਦੁੱਧ ਵੇਚਣ ਨਾਲ ਮਿਲਕ ਪਲਾਂਟਾਂ 'ਚ ਹਜ਼ਾਰਾਂ ਲੀਟਰ ਦੁੱਧ ਦੀ ਕਮੀ ਤਾਂ ਦੋਸਤੋ ਹਰਿਆਣਾ ਦੀ ਖਾ ਪੰਚਾਇਤਾਂ ਦੇ ਵੱਲੋਂ ਪੈਟਰੋਲ ਦੇ ਭਾਅ ਦੁੱਧ ਵੇਚਣ ਦੇ ਫੈਸਲੇ ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਐਲਾਨ ਦੇ ਪਹਿਲੇ ਹੀ ਦਿਨ ਜੀਨਦ ਸਥਿਤ ਮਿਲਕ ਪਲਾਂਟ ਦੇ ਵਿੱਚ 17000 ਲੀਟਰ ਦੁੱਧ ਦੀ ਘਾਟ ਪਹੁੰਚਿਆ ਹੈ। ਇਹ ਕਮੀ ਸਿਰਫ 4 ਪਿੰਡਾਂ ਵੱਲੋਂ ਦੁੱਧ ਦੀ ਸਪਲਾਈ ਨਾ ਦੇਣ ਕਰਕੇ ਹੋਈ ਹੈ। ਅਗਲੀ ਖਬਰ ਹੈ ਕਿਸਾਨ ਮੋਰਚੇ ਦੇ ਬਦਲੇ ਪੈਂਤੜੇ ਲਿਆਉਣਗੇ ਭਾਜਪੀ ਨੂੰ ਤਰੇਲੀਆਂ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਸ਼ਿਪ ਬਲਵੀਤ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਟੀਮਾਂ ਸੇਤੀ ਹੀ ਉਹਨਾਂ ਸੂਬਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੇ ਜਿੱਥੇ ਕੁਝ ਹੀ ਸਮੇਂ ਪਹਿਲਾਂ ਚੋਣਾਂ ਹੋਣੀਆਂ ਨੇ ਰਾਜੇਵਾਲ ਨੇ ਕਿਹਾ ਕਿ ਉਹ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਨਹੀਂ ਦੇਣਗੇ ਬਲਕਿ ਲੋਕਾਂ ਨੂੰ ਇਹ ਸਮਝਾਉਣਗੇ ਕਿ ਅਜਿਹੇ ਉਮੀਦਵਾਰਾਂ ਨੂੰ ਵੋਟਾਂ ਦੇਣ ਜੋ ਭਾਜਪਾਈ ਉਮੀਦਵਾਰਾਂ ਨੂੰ ਹਰਾਉਣ ਦਾ ਦਮ ਰੱਖਦੇ ਹੋਣ ਅਗਲੀ ਖਬਰ ਹੈ ਮਨੋਜ ਜੱਦਵ ਹੀ ਬਣੇ ਰਹਿਣਗੇ ਹਰਿਆਣਾ ਦੇ ਡੀਜੀਪੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਡੀਜੀਪੀ ਮਨੋਜ ਜੱਦਵ ਹੁਣ ਇੱਕ ਹੋਰ ਸਾਲ ਦੇ ਲਈ ਹਰਿਆਣਾ ਵਿੱਚ ਹੀ ਆਪਣੀ ਸੇਵਾ ਦੇਣਗੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗੇ ਨੋਟੀਫਿਕੇਸ਼ਨ ਦੇ ਅਨੁਸਾਰ ਮਨੋਜ ਨੇ ਜੋ ਸੈਂਟਰਲ ਡੈਪੂਟੇਸ਼ਨ ਦਾ ਵਾਪਸ ਪਰਤਣਾ ਸੀ ਉਹ ਨੂੰ ਅਗਲੇ ਸਾਲ ਇੱਕ ਲਈ ਪਤਾ ਦਿੱਤਾ ਗਿਆ ਆਉਦੇ ਉੱਤੇ ਬਣੇ ਰਹਿਣ ਦੇ ਵੀ ਆਦੇਸ਼ ਦਿੱਤੇ ਗਏ ਨੇ ਅਗਲੀ ਖਬਰ ਹੈ ਸਰਕਾਰ ਦੇ ਵੱਲੋਂ ਕਿਸਾਨ ਅੰਦੋਲਨ ਦੇ ਖਿਲਾਫ ਸਖਤ ਕਦਮ ਉਠਾਉਣ ਦੀ ਤਿਆਰੀ ਤਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਕੈਤ ਨੇ ਦਾਵਾ ਕੀਤਾ ਹੈ ਕੀ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੇ ਖਿਲਾਫ ਕੁਝ ਸਖਤ ਕਦਮ ਉਠਾ ਸਕਦੀ ਹੈ ਉਹਨਾਂ ਦਾ ਕਹਿਣਾ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਦੀ ਖਮੋਸੀ ਇਹੀ ਸੰਕੇਤ ਦੇ ਰਹੀ ਹੈ ਇਸ ਲਈ ਕਿਸਾਨਾਂ ਨੂੰ ਪੂਰੀ ਤਾਕਤ ਨਾਲ ਤਿਆਰ ਰਹਿਣਾ ਪਵੇਗਾ ਅਗਲੀ ਖਬਰ ਹੈ ਅੰਬਾਨੀ ਦੀ ਕਮਾਈ ਨੇ ਫਿਰ ਤੋੜੇ ਰਿਕਾਰਡ 24% ਦੀ ਵਧੀ ਸਲੰਗ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਰੇਲੈਂਸ ਇੰਡਸਟਰੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਮੁਕੇਸ਼ ਅੰਬਾਨੀ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਇਹ ਇਹ ਦਾਵਾ ਹਰੂਨ ਸਾਲ 2021 ਦੇ ਲਈ ਅਮੀਰਾਂ ਦੀ ਇੱਕ ਮੰਤਰੀ ਸੂਚੀ ਵਿੱਚ ਕੀਤਾ ਗਿਆ ਪਿਛਲੇ 1 ਸਾਲ ਦੇ ਵਿੱਚ ਮੁਕੇਸ਼ ਅੰਬਾਨੀ ਦੀ ਦੌਲਤ 24% ਵਧੀ ਹੈ ਅਤੇ ਉਹ ਹੁਣ 83 ਅਰਬ ਡਾਲਰ ਜਾਨੀ ਕਿ 6.9 ਲੱਖ ਕਰੋੜ ਰੁਪਏ ਦੇ ਮਾਲਕ ਨੇ ਅਗਲੀ ਖਬਰ ਹੈ ਸੋਨੇ ਦੇ ਵਿੱਚ ਨਿਵੇਸ਼ ਦਾ ਸਹੀ ਸਮਾਂ ਸਭ ਤੋਂ ਸਸਤੇ ਰੇਟਾਂ ਤੇ ਸੋਨਾ ਵੇਚ ਰਹੀ ਹੈ ਸਰਕਾਰ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੋਨੇ ਦੇ ਵਿੱਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ ਤੁਸੀਂ ਕੇਂਦਰ ਸਰਕਾਰ ਦੇ ਸਵਰੇਨ 골ਡ ਬਾਂਡ ਸਕੀਮ ਰਾਹੀਂ ਸੋਨੇ ਦੇ ਵਿੱਚ ਨਿਵੇਸ਼ ਕਰ ਸਕਦੇ ਹੋ ਇਸ ਯੋਜਨਾ ਦੇ ਜਰੀਏ ਸਰਕਾਰ ਦਾ ਉਦੇਸ਼ ਸੋਨੇ ਦੇ ਭੌਤਿਕ ਰੂਪ ਦੀ ਮੰਗ ਨੂੰ ਘਟਾਉਣਾ ਹੈ ਸਵਰੇਨ 골ਡ ਬਾਂਡ ਦੀ 12ਵੀਂ ਸੀਰੀਜ਼ 1 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਤੁਸੀਂ ਇਸ ਵਿੱਚ 15 ਮਾਰਚ ਤੱਕ ਨਿਵੇਸ਼ ਕਰ ਸਕਦੇ ਹੋ ਇਹ ਮੌਜੂਦਾ ਵਿੱਤੀ ਸਾਲ ਦੀ ਆਖਰੀ ਸੀਰੀਜ਼ ਹੈ ਇਸ ਵਾਰ ਸਵਰੇਨ 골ਡ ਬਾਂਡ ਦੀ ਕੀਮਤ 10 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ ਬੈਂਕਾਂ ਡਾਕ ਕਰਾਂ ਐਨ ਐਸ ਈ ਅਤੇ ਬੀ ਐਸ ਐਸ ਸੀ ਦੇ ਇਲਾਵਾ ਗੋਲਡਨ ਬਾਂਡ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਵੇਚੇ ਗਏ ਨੇ ਅਗਲੀ ਖਬਰ ਹੈ ਖੇਤੀ ਮੰਤਰੀ ਦੀ ਚੇਤਾਵਨੀ ਫਸਲ ਦੀ ਰਹਿੰਦ-ਖੂੰਦ ਸਾੜਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਤਾਂ ਦੋਸਤੋ ਬਿਹਾਰ ਦੇ ਵਿੱਚ ਖੇਤੀ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ ਨੇ ਸੂਬੇ ਵਿੱਚ ਖੇਤਾਂ ਦੀ ਫਸਲ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਤੇ ਚਿੰਤਾ ਜਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਐਸਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਨਾਲ ਜ਼ਮੀਦੀ ਦਾ ਉਤਪਾਦਕ ਸਮਰੱਥਾ ਵੀ ਘਟਦੀ ਹੈ। ਅਗਲੀ ਖਬਰ ਹੈ, ਨੋਟਬੰਦੀ ਦੇ ਮਾੜੇ ਫੈਸਲੇ ਕਰਕੇ ਬੇਰੁਜ਼ਗਾਰੀ ਸਿਖਰ ਤੇ ਡਾਕਟਰ ਮਨਮੋਨ ਸਿੰਘ ਤਾਂ ਦੋਸਤੋ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2016 ਦੇ ਵਿੱਚ ਲਏ ਨੋਟਬੰਦੀ ਦੇ ਮਾੜੇ ਫੈਸਲੇ ਕਰਕੇ ਦੇਸ਼ ਵਿੱਚ ਬੇਰੁਜ਼ਗਾਰੀ ਆਪਣੇ ਸਿਖਰਲੇ ਪੱਧਰ ਤੇ ਹੈ। ਗੈਰ ਰਸਮੀ ਸੈਕਟਰ ਤਬਾਹੀ ਕੰਢੇ ਪੁੱਜ ਗਿਆ। ਸਭ ਦਾ ਪ੍ਰਧਾਨ ਮੰਤਰੀ ਨੇ ਰਾ ਸਰਕਾਰਾਂ ਨਾਲ ਨਿਯਮਤ ਸਲਾਹ-ਮਸ਼ਵਰਾ ਨਾ ਕਰਨ ਲਈ ਵਿਕੇਂਦਰ ਸਰਕਾਰ ਦੀ ਜ਼ੋਰਦਾਰ ਨੁਕਤਾਚੀਨੀ ਕੀਤੀ ਹੈ। ਅਗਲੀ ਖਬਰ ਹੈ ਭਾਰਤੀ بندرگاہਾਂ ਦੇ ਵਿੱਚ 82 ਅਰਬ ਡਾਲਰ ਦਾ ਨਿਵੇਸ਼ ਕਰਾਂਗੇ। ਮੋਦੀ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਸਾਲ 2035 ਤੱਕ بندرگاہਾਂ ਨਾਲ ਜੁੜੇ ਪ੍ਰੋਜੈਕਟਾਂ ਦੇ ਵਿੱਚ 82 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। ਉਹਨਾਂ ਨੇ ਕਿਹਾ ਕਿ ਭਾਰਤ ਸਮੁੰਦਰੀ ਖੇਤਰ ਵਿੱਚ ਨਵ नवी ਹਉਣਯੋਗ ਊਰਜਾ ਦੇ ਸਰੋਤਾਂ ਦੀ ਸਾਫ ਸਫਾਈ ਨਦੀ ਨਾਲਿਆਂ ਨੂੰ ਵਿਕਸਿਤ ਕਰਨਾ ਸੀਲਪਨ ਵਿੱਚ ਜੁੜੀਆਂ ਸਵਾਮਾਂ ਨੂੰ ਵਧਾਉਣਾ ਚਾਨਣ ਮਨਾਰੇ ਦੁਆਰਾ ਸਹਿਰ ਸਪਾਟੇ ਨੂੰ ਹਲਾਰਾ ਦੇਣ ਵਿੱਚ ਆਪਣੀ ਸਾਂਝ ਨੂੰ ਹੋਰ ਵਧਾਵੇਗਾ ਅਗਲੀ ਖਬਰ ਹੈ ਕਿਸਾਨ ਅੰਦੋਲਨ 22 ਹੋਰ ਤਿਹਾਰਡ ਜੇਲ੍ਹ ਦੇ ਵਿੱਚੋਂ ਰਿਹਾ ਤਾਂ ਦੋਸਤੋ ਕਿਸਾਨ ਅੰਦੋਲਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ 22 ਕਿਸਾਨਾਂ ਨੂੰ ਤਿਹਾਰਡ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਇਹਨਾਂ ਦੇ ਵਿੱਚੋਂ 9 ਨੌਜਵਾਨ ਜਤਿੰਦਰ ਸਿੰਘ ਗੁਰਦੀਪ ਸਿੰਘ ਕਿਸਨ ਧਰਮਿੰਦਰ ਸਿੰਘ ਦਿਲਸਾਧ ਖਾਨ ਮਨਪ੍ਰੀਤ ਸਿੰਘ ਗੁਰਸੇਵਕ ਸਿੰਘ ਅਮਿਤ ਸ਼ਾਹ ਤੇ ਜਸਵੀਰ ਸਿੰਘ ਬੀਤੀ ਰਾਤ ਰਿਹਾਅ ਕੀਤੇ ਗਏ ਸਨ ਇਹਨਾਂ ਨੂੰ ਨਾਗਲੋਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ 13 ਹੋਰ ਨੌਜਵਾਨ ਜੇਲ੍ਹ ਦੇਰ ਰਾਤ ਵਿੱਚ ਰਿਹਾ ਹੋ ਜਾਣਗੇ ਤੇ ਜੋ ਨਾਗਲੋਈ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਨੇ ਇਹਨਾਂ ਦੇ ਵਿੱਚ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਅਮਰਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਬਲਵੀਰ ਸਿੰਘ ਪੁੱਤਰ ਮੱਗਰ ਸਿੰਘ ਭਾਗ ਸਿੰਘ ਪੁੱਤਰ ਕਰਤਾਰ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਹਮੀਰ ਸਿੰਘ ਜਗਦੀਪ ਸਿੰਘ ਪੁੱਤਰ ਇਕਵਾਲ ਸਿੰਘ ਰਣਜੀਤ ਸਿੰਘ ਪੁੱਤਰ ਲਹੌਰਾ ਸਿੰਘ ਹਸਬਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਰਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਸਾਰੇ ਹੀ ਵਾਸੀ ਜ਼ਿਲ੍ਹਾ ਮੋਗਾ ਅਤੇ ਸਮਸ਼ੇਰ ਸਿੰਘ ਪੁੱਤਰ ਚਤਰਾ ਸਿੰਘ ਵਾਸੀ ਖੁਰਕੀ ਜ਼ਿਲ੍ਹਾ ਜੀਂਦ ਹਰਿਆਣਾ ਦੇ ਵਿੱਚੋਂ ਸ਼ਾਮਲ ਨੇ ਅਗਲੀ ਖਬਰ ਹਰਿਆਣਾ ਦੇ ਵਿੱਚ 54 ਸਕੂਲੀ ਵਿਦਿਆਰਥੀ ਕਰੋਨਾ ਪੋਜ਼ਿਟਿਵ ਤਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੈਨਿਕ ਸਕੂਲ ਦੇ 54 ਵਿਦਿਆਰਥੀਆਂ ਨੂੰ ਕਰੋਨਾ ਪੋਜ਼ਿਟਿਵ ਆਉਣ ਦੇ ਮਗਰੋਂ ਸਕੂਲ ਦੇ ਵਿੱਚ ਕਲਾਸਾਂ ਤੇ ਹੋਰ ਅਕਾਦਮ ਗਤੀਵਿਧੀਆਂ ਮੱਤਲ ਕਰ ਦਿੱਤੀਆਂ ਨੇ ਕਰਨਾਲ ਦੇ ਮੁੱਖ ਮੈਡੀਕਲ ਅਧਿਕਾਰੀ ਜੁਗੇਸ਼ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਜਾਦਵ ਨੇ ਕਿਹਾ ਕਿ ਸਕੂਲ ਇਮਾਰਤ ਤੇ ਹੋਸਟਲਾਂ ਨੂੰ ਕਨਟੇਨਮੈਂਟ ਜ਼ੋਨ ਐਲਾਨਿਆ ਗਿਆ ਅਗਲੀ ਖਬਰ ਹੈ ਜੀਐਸਟੀ 1 ਲੱਖ ਕਰੋੜ ਰੁਪਏ ਤੋਂ ਪਰੇ ਤਾਂ ਦੋਸਤੋ ਫਰਵਰੀ ਮਹੀਨੇ ਦੇ ਵਿੱਚ ਜੀਐਸਟੀ ਤੋਂ ਇਕਤਰ ਹੋਣ ਵਾਲਾ ਮਾਲੀਆ ਲਗਾਤਾਰ ਪੰਜਵੇਂ ਮਹੀਨੇ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਅੰਕੜਾ ਸਾਲਾਨਾ 7% ਦੇ ਵਾਧੇ ਨਾਲ 1.13 ਲੱਖ ਕਰੋੜ ਰੁਪਏ ਨੂੰ ਟੱਪ ਗਿਆ ਜੋ ਅਰਥਚਾਰੇ ਦੀ ਮੁੜ ਪੈਰਾਂ ਤੇ ਸਿਰ ਹੋਣ ਦਾ ਸੰਕੇਤ ਹੈ ਜਨਵਰੀ ਵਿੱਚ ਜੀਐਸਟੀ ਮਾਲੀਆ 1 ਕਰੋੜ 19 ਲੱਖ 875 ਹੋ ਗਿਆ ਅਗਲੀ ਖਬਰ ਹੈ ਤਨਖਾਹ ਨਾ ਮਿਲਣ ਤੋਂ ਪਰੇਸ਼ਾਨ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਦਵਾਈ ਦੀ ਥਾਂ ਤੇ ਪੀਤਾ ਤਜਾਬ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 2 ਮਹੀਨੇ ਤੋਂ ਤਨਖਾਹ ਨਾ ਮਿਲਣ ਤੋਂ ਪਰੇਸ਼ਾਨ ਵਿਅਕਤੀ ਨੇ ਤਜਾਬ ਪੀ ਕੇ ਆਤਮ ਹੱਤਿਆ ਕਰ ਲਈ ਹੈ ਮ੍ਰਿਤਕ ਦੀ ਪਛਾਣ ਪਿੰਡ ਸੇਖਪੁਰਾ ਦੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 34 ਦੱਸੀ ਜਾ ਰਹੀ ਹੈ ਉਹ ਪੰਜਾਬੀ ਯੂਨੀਵਰਸਿਟੀ ਵਿਖੇ ਮਾਲੀ ਵਜੋਂ ਕੰਮ ਕਰਦਾ ਸੀ ਨੇ ਦਾਅਵਾ ਕੀਤਾ ਕਿ ਉਸ ਨੇ ਇੱਕ ਦਵਾਈ ਦੀ ਥਾਂ ਗਲਤੀ ਨਾਲ ਤਜਾਬ ਪੀ ਲਿਆ ਅਗਲੀ ਖਬਰ ਹੈ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਬਿੱਤੀ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ ਮੁੱਖ ਮੰਤਰੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਸਾਲ ਦੇ ਅੰਦਰ ਸੂਬੇ ਵਿੱਚ ਆਵਾਜਾਈ ਨੂੰ ਬਿਹਤਰ ਬਣਾਉਣ ਦੇ ਲਈ ਇਹ ਕਾਰਜ ਮੁਕੰਮਲ ਕਰ ਲਏ ਜਾਣਗੇ ਬਜਟ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਕੁੱਲ 64878 ਕਿਲੋਮੀਟਰ ਲਿੰਕ ਸੜਕਾਂ ਵਿੱਚੋਂ 34977 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ April ਦੇ ਅਖੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਤੇ ਇਸ ਕਾਰਜ ਦੇ ਲਈ 4112 ਕਰੋੜ ਰੁਪਏ ਮਨਜ਼ੂਰ ਵੀ ਕੀਤੇ ਗਏ ਨੇ ਉਹਨਾਂ ਨੇ ਦੱਸਿਆ ਕਿ 6162 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਤੇ ਅਗਲੇ ਵਿੱਤੀ ਬਰੇ ਤੱਕ ਪੂਰਾ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ 82 ਕਰੋੜ ਰੁਪਏ ਦੀ ਲਗਤ ਨਾਲ 17600 ਕਿਲੋਮੀਟਰ ਲਿੰਕ ਸੜਕਾਂ ਵਿੱਚ ਪਏ ਟੋਿਆਂ ਦੀ ਮੁਰੰਮਤ ਦੂ 20 ਪ੍ਰਵਾਨਗੀ ਦੇ ਦਿੱਤੀ ਹੈ। ਅਗਲੀ ਖਬਰ ਹੈ ਹਰਿਆਣਾ ਦੇ ਵਿੱਚ ਨਿੱਜੀ ਨੌਕਰੀਆਂ 'ਚ 75% ਦੀ ਰੱਖਮੇ ਕਰਨ ਦੇ ਬਿੱਲ ਨੂੰ ਰਾਜਪਾਲ ਦੇ ਵੱਲੋਂ ਮਨਜ਼ੂਰੀ ਤਾਂ ਦੋਸਤੋ ਹਰਿਆਣਾ ਦੇ ਵਿੱਚ ਨਿੱਜੀ ਨੌਕਰੀਆਂ ਵਿੱਚ ਰੱਖਮੇ ਕਰਨ ਨਾਲ ਜੁੜੇ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਦੇ ਤਹਿਤ ਹੁਣ ਪ੍ਰਾਈਵੇਟ ਨੌਕਰੀਆਂ ਵਿੱਚ 75% ਰਾਖਮਾ ਕਰਨ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਤਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਅਗਲੀ ਖਬਰ ਹੈ ਸਰਕਾਰ ਵੱਲੋਂ ਹੁਣ ਦੋ ਟੀਵੀ ਚੈਨਲਾਂ ਦਾ ਰਲੇਵਾ ਰਾਜ ਸਭਾ ਲੋਕ ਸਭਾ ਟੀਵੀ ਨੂੰ ਕੀਤਾ ਮਰਜ ਤਾਂ ਦੋਸਤੋ ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਨੂੰ ਹੁਣ ਇੱਕ ਕਰ ਦਿੱਤਾ ਗਿਆ ਭਾਵ ਕਿ ਹੁਣ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵੇਖਣ ਦੇ ਲਈ ਵਕ-ਵਕ ਚੈਨਲਾਂ ਦੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਇੱਕੋ ਜਗ੍ਹਾ ਤੇ ਵੇਖੀ ਜਾ ਸਕਦੀ ਹੈ ਇਨ੍ਹਾਂ ਦੋਹਾਂ ਚੈਨਲਾਂ ਦਾ ਰਲੇਵਾ ਕਰਕੇ ਇੱਕ ਨਵਾਂ ਚੈਨਲ ਸੰਸਦਾ ਟੀਵੀ ਬਣਾਇਆ ਗਿਆ ਜਿੱਥੇ ਦੋਮੇ ਸਦਨਾਂ ਦੀ ਕਾਰਵਾਈ ਵੇਖੀ ਜਾ ਸਕਦੀ ਹੈ ਅਗਲੀ ਖਬਰ ਹੈ ਪੰਜਾਬ ਦੇ ਬਿਜਲੀ ਖਪਤਕਾਰਾਂ ਦੇ ਲਈ ਬੁਰੀ ਖਬਰ ਵੱਧ ਸਕਦੀਆਂ ਨੇ ਕੀਮਤਾਂ ਤਾਂ ਦੋਸਤੋ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਇੱਕ ਵਾਰ ਫੇਰ ਬਿਜਲੀ ਦਾ ਝਟਕਾ ਲੱਗ ਸਕਦਾ ਹੈ ਅਤੇ ਪਹਿਲਾਂ ਤੋਂ ਹੀ ਮਹਿੰਗਾਈ ਮਹਿੰਗੀ ਬਿਜਲੀ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਨੇ ਲਹਿਰਾ ਮੁਹਬੱਤ ਥਰਮਲ ਪਲਾਂਟ ਦੇ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਫਲੂ ਗੈਸ ਅਲਫੁਰਗੇਸ਼ਨ ਇਕਾਈਆਂ ਦੀ ਸਥਾਪਨਾ ਉਤਪਨ ਲਾਗਤ ਨੂੰ ਵਧਾਉਣ ਜਾ ਰਹੀ ਹੈ ਪੀ ਐਸ ਪੀ ਸੀ ਐਲ ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਥਰਮਲ ਪਲਾਂਟ ਵਿਖੇ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਹਵਾ ਵਿੱਚ ਗੁਣਵੱਤਾ ਸੁਧਾਰ ਲਈ ਡਰਾਈ ਐਫ ਜੀ ਡੀ ਸਿਸਟਮ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਅਗਲੀ ਖਬਰਾਂ ਕਿਸਾਨ ਅੰਦੋਲਨ ਸੰਯੁਕਤ ਕਿਸਾਨ ਮੋਰਚਾ 12 ਮਾਰਚ ਤੋਂ ਐਮਐਸਪੀ ਦਬਾਅ ਅੰਦੋਲਨ ਸ਼ੁਰੂ ਕਰੇਗਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ 6 ਮਾਰਚ ਨੂੰ ਕਿਸਾਨ ਅੰਦੋਲਨ 100 ਦਿਨ ਪੂਰੇ ਕਰਕੇ ਕੇਐਮਪੀ ਹਾਈਵੇ ਨੂੰ ਜਾਮ ਕਰੇਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੋਲਦੇ ਹੋਏ ਜੋਗਿੰਦਰ ਜੱਦਵ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ 6 ਮਾਰਚ ਨੂੰ ਲੋਕ ਆਪਣੇ ਘਰਾਂ ਵਿੱਚ ਕਾਲੇ ਝੰਡੇ ਲਗਾਉਣ ਅਤੇ ਕਾਲੀਆਂ ਪੱਟੀਆਂ ਬੰਨ੍ਹਣ ਤੇ ਦੋਸਤੋ ਏਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਬਾਤ ਕਰਨਾ ਜਾਂ ਛਡਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ 'ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਿਣੇ 'ਚ ਹੈ ਪ੍ਰੇਮੀ ਪ੍ਰੇਮਕਾ 'ਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 9 09592471407 ਤੇ ਦੇਰ ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜੀ ਨਾਲ ਦਾ ਨੰਬਰ ਹੈ 09592471407